ਅੱਜ ਸਥਾਨਕ ਮਾਨਕਵਾਲ ਡੁਗਰੀ ਵਿਖੇ ਕਰਨਪ੍ਰੀਤ ਸਿੰਘ ਦੀ ਅਗਵਾਈ ਵਿੱਚ 3 ਦਸੰਬਰ ਵਰਲਡ ਡਿਸੇਬਲ ਡੇ ਨੂੰ ਮੁੱਖ ਰੱਖਦੇ ਹੋਏ ਏਕ ਆਰ ਸਪੈਸ਼ਲ ਸਕੂਲ ਵਿੱਚ ਵਰਲਡ ਡਿਸੇਬਲ ਡੇ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਸਮਾਜ ਸੇਵਿਕਾ ਗੁਰਬਲ ਕੌਰ ਖਾਸ ਤੌਰ ਤੇ ਪਹੁੰਚੇ ਅਤੇ ਦੱਸਿਆ ਕਿ ਡਿਸੇਬਲ ਡੇ ਮਨਾਉਣ ਦਾ ਮੁੱਖ ਮਕਸਦ ਇਹ ਹੈ ਕਿ ਡਿਸੇਬਲ ਲੋਕਾਂ ਦੇ ਪ੍ਰਤੀ ਲੋਕਾਂ ਦੇ ਵਿਵਹਾਰ ਨੂੰ ਬਦਲਣਾ ਅਤੇ ਬੱਚਿਆਂ ਨੂੰ ਉਹਨਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਸਾਨੂੰ ਵੱਧ ਤੋਂ ਵੱਧ ਇਹਨਾਂ ਬੱਚਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਸਾਰੇ ਬੱਚਿਆਂ ਨੇ ਸਿੰਗਿੰਗ, ਡਾਂਸਿੰਗ ਅਤੇ ਮਾਡਲਿੰਗ ਕਰ ਖੂਬ ਮਸਤੀ ਕੀਤੀ ਅਤੇ ਸਕੂਲ ਦੇ ਸਾਰੇ ਅਧਿਆਪਕ ਜਤਿੰਦਰ ਸਿੰਘ, ਨਵਪ੍ਰੀਤ ਕੌਰ, ਬੇਅੰਤ ਕੌਰ, ਪਰਮਜੀਤ ਕੌਰ ਆਦਿ ਨੇ ਵੀ ਪੂਰਾ ਸਹਿਯੋਗ ਦਿੱਤਾ। ਜਿੰਨੇ ਵੀ ਸਪੈਸ਼ਲ ਏਬਲਡ ਪਰਸਨ ਨੇ ਪੂਰੇ ਵਰਲਡ ਦੇ ਵਿੱਚ, ਉਹਨਾਂ ਦੇ ਇੱਕ ਦਿਨ ਡਿਸਾਈਡ ਕੀਤਾ ਗਿਆ ਸੀ ਤਾਂ ਕਿ ਜਿਵੇਂ ਆਪਾਂ ਹੋਲੀ, ਦੀਵਾਲੀ, ਦੁਸਹਿਰਾ ਸੈਲੀਬ੍ਰੇਟ ਕਰਦੇ ਹਾਂ, ਉਸੇ ਤਰੀਕੇ ਇਹਨਾਂ ਦਾ ਦਿਨ ਵੀ ਹੈ। ਉਸ ਦਿਨ ਇਹਨਾਂ ਨੂੰ ਘੁੰਮਣਾ ਫਿਰਨਾ, ਡਾਂਸ ਜਾਂ ਹੋਰ ਸੋਸ਼ਲ ਐਕਟੀਵਿਟੀ, ਇਹਨਾਂ ਨੂੰ ਜ਼ਿਆਦਾ ਤੋਂ ਸਮਾਜ ਦੇ ਵਿੱਚ ਖੁਸ਼ ਰੱਖਣ ਵਾਸਤੇ ਇਹਨਾਂ ਨੂੰ ਐਕਟੀਵਿਟੀ ਆਪਾਂ ਕਰਵਾਉਂਦੇ ਹਾਂ ਤਾਂ ਕਿ ਇਹ ਖੁਸ਼ ਰਹਿਣ ਔਰ ਹਮੇਸ਼ਾ ਹੱਸਦੇ ਵਰਤਦੇ ਰਹਿਣ। ਥੈਂਕ ਯੂ।